सत श्री अकाल दोस्तों, मैं लिशकारा तो तेजिंदर कौर। संडे है, वीकेंड है, सो अज देखते हैं बूहे बारियां किन्ने क लोग देख आए हैं और की रिव्यूज़ देंगे ने बूहे बारियां दे और बूहे बारियां देख के किन्ने लोगों दी बारियां खुलियां ने, आओ जानते हैं। ਸ਼ਸ਼ਕਲ ਮੈਮ, ਕਿਹੜੀ ਮੂਵੀ ਦੇਖ ਕੇ ਆਏ ਹੋ? ਬੂਹੇ ਵਾਰੀਆਂ ਕਿੱਦਾਂ ਲੱਗੀ? ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਲੇਡੀਜ਼ ਦੇ ਵਧੀਆ ਹੈ। ਕਿੱਦਾਂ ਲੱਗੀ ਸਰ ਬੂਹੇ ਵਾਰੀਆਂ? ਬਹੁਤ ਵਧੀਆ ਜੀ, ਬਹੁਤ। ਕੀ ਤੁਹਾਨੂੰ ਵਧੀਆ ਲੱਗਿਆ ਉਹਦੇ ਵਿੱਚ? ਸਾਰਾ ਕੁਝ ਵਧੀਆ ਜੀ, ਮੀਨ ਨਾਈਸ ਮੈਨ, ਬਹੁਤ ਵਧੀਆ। ਕਿਹੜੀ ਹੋ ਜੀ? ਕਿਹੜੀ ਮੂਵੀ ਦੇਖ ਕੇ ਆਏ ਹੋ? ਬੂਹੇ ਵਾਰੀਆਂ। ਵਧੀਆ ਲੱਗੀ? ਹਾਂਜੀ, ਬਹੁਤ ਅੱਛੀ। ਕੀ ਉਹਦੇ ਵਿੱਚ ਤੁਹਾਨੂੰ ਵਧੀਆ ਲੱਗਿਆ? ਇਹ ਦਿਖਾਇਆ ਕਿ ਲੇਡੀਜ਼ ਨੂੰ ਆਤਮ ਨਿਰਭਰ ਬਣਨਾ ਚਾਹੀਦਾ, ਵੀ ਕਿਸੇ ਤੋਂ ਡਰ ਕੇ ਨਹੀਂ ਰਹਿਣਾ ਚਾਹੀਦਾ, ਆਪਣੇ ਹਸਬੈਂਡ ਵਗੈਰਾ ਤੋਂ ਕਿ ਆਪਣੇ ਆਪ ਨੂੰ ਕੰਫਰਟੇਬਲ ਸਮਝਣਾ ਚਾਹੀਦਾ। ਬਹੁਤ ਅੱਛੀ ਲੱਗੀ ਮੂਵੀ ਜੀ, ਬਹੁਤ ਅੱਛੀ ਆ। ਕਿੱਦਾਂ ਲੱਗੀ ਸਰ ਬੂਹੇ ਬਾਰੀਆਂ? ਬਹੁਤ ਵਧੀਆ। ਬੂਹੇ ਬਾਰੀਆਂ ਦੇਖ ਕੇ ਆਏ ਹੋ ਜੀ? ਬਹੁਤ ਵਧੀਆ। ਕੀ ਕਹਿਣਾ ਚਾਹੁੰਦੇ ਹੋ ਨੀਰੂ ਬਾਜਵਾ? ਅਲਟੀਮੇਟ ਮੂਵੀ ਹੈ ਜੀ, ਬਹੁਤ ਅਲਟੀਮੇਟ। ਤੁਸੀਂ ਵੀ ਦੇਖੀ? ਹਾਂਜੀ। ਵਧੀਆ ਲੱਗੀ? ਹਾਂਜੀ। ਕਿੱਦਾਂ ਲੱਗੀ ਮੈਮ ਬੂਹੇ ਬਾਰੀਆਂ? ਗੁੱਡ ਮੂਵੀ, ਵਧੀਆ ਸੀ ਮੈਡਮ, ਬਹੁਤ ਵੰਡਰਫੁਲ। ਮੈਮ ਬੂਹੇ ਬਾਰੀਆਂ ਦੇਖ ਕੇ ਆਏ ਹੋ? ਕਿੱਦਾਂ ਲੱਗੀ? ਵਧੀਆ ਲੱਗੀ। ਵਧੀਆ ਲੱਗੀ। ਕਿੱਦਾਂ ਲੱਗੀ ਸਰ ਬੂਹੇ ਬਾਰੀਆਂ? ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ। ਕੈਸੀ ਲੱਗੀ ਬੂਹੇ ਬਾਰੀਆਂ? ਅੱਛੀ ਥੀ। ਬੂਹੇ ਬਾਰੀਆਂ ਦੇਖ ਕੇ ਆਏ ਹੋ? ਐਂਡਲੈਸ ਮੂਵੀ ਹੈ, ਬਹੁਤ ਸੁੰਦਰ ਹੈ, ਮਤਲਬ ਆਈ ਕਾਂਟ ਐਕਸਪ੍ਰੈਸ ਇਨ ਵਰਡਸ, ਬਹੁਤ ਔਸਮ ਮੂਵੀ ਹੈ। ਥੈਂਕ ਯੂ ਸਰ। ਕਿਆ ਅੱਛਾ ਲੱਗਾ ਉਸਮੇ ਜ਼ਿਆਦਾ? मीन्स वुमेन एम्पावरमेंट पे है, वुमेन के बारे में काफ़ी अच्छा डिस्क्राइब किया। ऐसी मूवीज़ बहुत कम मिलती है। मैं अपनी सिस्टर को दिखाना नहीं चाहती थिएटर में मूवीज़, बिकॉज यू नो छोटे बच्चे हैं ना, अब हम हर कोई मूवी दिखा सकते हैं। हम मस्ताने देखने आए थे, शो लेट था, तो मैंने कहा चलो कोई बात नहीं, हम यही देख लेते हैं, बट बहुत अच्छी मूवी थी, इसको दिखाई, मुझे बहुत अच्छा लगा। अच्छा, तुसी की कहने की परिवार च बैठ के देख सकते हैं मूवी? बिल्कुल मैम, उल्टा सानू दिखानी चाहिए अपने सिस्टर्स नु, अपने ब्रदर्स नु, अपन नु सब नु दिखानी चाहिए, बहुत ऑसम मूवी है। तानू कितना लगी? बहुत अच्छी। किधर रोल ज्यादा अच्छा लग गया? सब दा ही अच्छा सी। थैंक यू सो मच। कितना लगी मैम बूहे बारियां? बहुत अच्छी सी मूवी। किधर रोल तानू ज्यादा अच्छा लग गया? ਜੋ ਲੇਡੀਜ਼ ਦੇ ਪ੍ਰਤੀ ਉਹਨਾਂ ਨੇ ਦਿਖਾਇਆ ਵੀ ਕਿਵੇਂ ਲੇਡੀਜ਼ ਨੂੰ ਅੱਗੇ ਹੋ ਕੇ ਵਧਣਾ ਚਾਹੀਦਾ ਹੈ ਜੈਂਟਸ ਨਾਲੋਂ, ਉਹ ਉਹਨਾਂ ਦਾ ਕਰੈਕਟਰ ਅੱਛਾ ਲੱਗਾ ਬੇਬੇ ਜੀ ਦਾ। ਕਿੱਦਾਂ ਲੱਗੀ ਮੈਮ ਬੂਹੇ ਵਾਰੀਆਂ? ਬਹੁਤ ਬੜੀਆ। ਕੀ ਵਧੀਆ ਲੱਗਿਆ ਤੁਹਾਨੂੰ ਉਹਦੇ ਵਿੱਚ? ਬਹੁਤ ਅੱਛੀ ਮੂਵੀ ਸੀ ਮੈਮ। ਕਿੱਦਾਂ ਲੱਗੀ? ਵਧੀਆ ਸੀ, ਵਧੀਆ ਸੀ। ਕੀ ਅੱਛਾ ਲੱਗਿਆ ਉਹਦੇ ਵਿੱਚ? ਕਿਉਂ, ਵੂਮਨ ਇੰਪਾਵਰਮੈਂਟ ਵੀ ਸੀ, ਹੋਰ ਕੀ। ਮੈਮ ਕਿੱਦਾਂ ਲੱਗੀ? ਬਹੁਤ ਸੋਹਣੀ ਲੱਗੀ। ਕੀ ਕਹਿਣਾ ਚਾਹੁੰਦੇ ਹੋ? ਦਰਸ਼ਕਾਂ ਨੂੰ ਦੇਖਣੀ ਚਾਹੀਦੀ ਹੈ? ਦੇਖਣਾ ਚਾਹੀਏ। ਹਾਂਜੀ, ਬਹੁਤ ਅੱਛੀ ਮੂਵੀ, ਸਭ ਕੋ ਦੇਖਣੀ ਚਾਹੀਏ, ਲੇਡੀਜ਼ ਸਪੈਸ਼ਲ। ਬਹੁਤ ਖੁਸ਼ੀ ਹੋਈ ਦਿਲ ਮੈਂ ਬੂਹੇ ਬਾਰੀਆਂ ਦੇਖ ਕੇ, ਫਿਰ ਖੁੱਲੀਆਂ ਬੂਹੇ ਬਾਰੀਆਂ। ਹਾਂਜੀ ਹਾਂਜੀ, ਖੁੱਲੀਆਂ। ਥੈਂਕ ਯੂ ਸੋ ਮਚ ਜੀ। ਕਿਹੜੀ ਮੂਵੀ ਦੇਖ ਕੇ ਆਏ ਹੋ? ਬੂਹੇ ਵਾਰੀਆਂ। ਬੂਹੇ ਵਾਰੀਆਂ ਕਿੱਦਾਂ ਲੱਗੀ? ਬਹੁਤ ਅੱਛੀ। ਕੀ ਸਭ ਤੋਂ ਜ਼ਿਆਦਾ ਖਾਸ ਤੁਹਾਨੂੰ ਉਹਦੇ ਵਿੱਚ ਲੱਗਿਆ? ਗਰਲਸ ਦਾ ਵੈਸੇ ਬਹੁਤ ਅੱਛਾ ਦਿਖਾਇਆ ਵਾ ਉਹਨਾਂ ਨੇ, ਬਹੁਤ ਹੀ ਅੱਛਾ, ਬਹੁਤ ਵਧੀਆ ਸੋਚ ਹੈ, ਬਹੁਤ ਵਧੀਆ ਮੂਵੀ ਸੀ। ਨੀਰੂ ਬਾਜਵਾ ਦਾ ਕੰਮ ਬਹੁਤ ਹੀ ਵਧੀਆ ਸੀ, ਅਤੇ ਜੈਸੇ ਲੇਡੀਜ਼ ਲਈ ਨਾ ਕਿ ਇੱਕ ਇੰਡੀਪੈਂਡੈਂਟ ਸੋਚ ਸੀ ਕਿ ਲੇਡੀਜ਼ ਲਈ ਇਹ ਸਭ ਕੁਝ ਹੋਣਾ ਚਾਹੀਦਾ ਹੈ। ਸਰ ਤੁਹਾਨੂੰ ਕਿੱਦਾਂ ਲੱਗੀ? ਮਤਲਬ ਆਪਾਂ ਲੇਡੀਜ਼ ਤੋਂ ਤਾਂ ਪੁੱਛ ਲਿਆ, ਬਟ ਜੈਂਟਸ ਨੂੰ ਕਿੱਦਾਂ ਲੱਗੀ ਇਹ ਦੱਸ ਦਿਓ। ਸਾਨੂੰ ਵੀ ਬੜੀ ਲੱਗੀ, ਅੱਛੀ ਪਿਕਚਰ ਹੈ। ਮਤਲਬ ਹੋਰ ਵੀ ਸਟਾਰ ਕਾਸਟ ਨੇ ਇਹਦੇ ਵਿੱਚ ਕੰਮ ਕੀਤਾ ਹੈ, ਕਿਹਦਾ ਮਤਲਬ? ਬਹੁਤ ਹੀ ਵਧੀਆ ਕੰਮ ਕੀਤਾ ਸਾਰੇ ਸਟਾਰ ਕਾਸਟ ਨੇ। ਸਰ ਤੁਹਾਨੂੰ ਕਿੱਦਾਂ ਲੱਗੀ? ਬਹੁਤ ਅੱਛੀ, ਬਹੁਤ ਨਵੇਂ ਕਨਸੈਪਟ ਸੀ ਪਰ ਬਹੁਤ ਅੱਛਾ ਲੱਗਿਆ। ਤੁਸੀਂ ਕੀ ਕਹਿਣਾ ਚਾਹੁੰਦੇ ਕਿ ਪੰਜਾਬੀ ਇੰਡਸਟਰੀ ਵਿੱਚ ਇਹੋ ਜਿਹੀ ਮੂਵੀਜ਼ ਆਣੀਆਂ ਚਾਹੀਦੀਆਂ ਜਿਹੜੀ ਮਤਲਬ ਸਮਾਜ ਨੂੰ ਕੋਈ ਸੁਨੇਹਾ ਦੇਣ? ਬਿਲਕੁਲ ਬਿਲਕੁਲ, ਆਪਣੇ ਇੰਡਸਟਰੀ ਵਿੱਚ ਇਹੋ ਜਿਹੀ ਮੂਵੀਜ਼ ਜ਼ਰੂਰ ਆਉਣੀ ਚਾਹੀਦੀ ਹੈ। ਕੀ ਇਹ ਫਿਲਮ ਬੱਚਿਆਂ ਦੇ ਨਾਲ ਬੈਠ ਕੇ ਦੇਖਣ ਵਾਲੀ? ਬਿਲਕੁਲ ਬਿਲਕੁਲ ਬਿਲਕੁਲ, ਅਸੀਂ ਬੱਚਿਆਂ ਨਾਲ ਹੀ ਆਏ ਸੀਗੇ। ਹੋਰ ਤੁਹਾਨੂੰ ਮਤਲਬ ਇਹਦੇ ਵਿੱਚ ਕੀ ਇਹੋ ਜਿਹਾ ਲੱਗਿਆ? ਨਹੀਂ, ਅਗਰ ਬੋਇਜ਼ ਹੋਣ ਬੱਚੇ ਤਾਂ ਉਹਨਾਂ ਨੂੰ ਸ਼ਿਕਸ਼ਾ ਮਿਲੇਗੀ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਕੰਮ ਨਹੀਂ ਕਰਾਂਗੇ ਕਦੇ ਵੀ, ਮਤਲਬ ਜੋ ਅੱਜ ਕੱਲ੍ਹ ਚੱਲ ਰਿਹਾ, ਜੋ ਅੱਜ ਕੱਲ੍ਹ ਚੱਲ ਨਹੀਂ ਕਰਾਂਗੇ ਅਸੀਂ। ਅਤੇ ਜੈਸੇ ਲੇਡੀਜ਼ ਹੈ, ਇਸਤਰੀਆਂ ਨੂੰ ਅੱਗੇ ਵਧਣ ਲਈ ਮਤਲਬ ਇੱਕ ਤਰ੍ਹਾਂ ਦੀ ਅੱਛੀ ਸੋਚ ਰੱਖ ਕੇ, ਬੱਚੇ ਵੈਸੇ ਜ਼ਿਆਦਾ ਬੈਟਰ ਦੱਸਣਗੇ ਕਿਉਂਕਿ ਉਹ ਅੱਜ ਆਉਣ ਵਾਲਾ ਭਵਿੱਖ ਨੇ। ਹਾਂਜੀ ਹਾਂ, ਆਉਣ ਵਾਲੀ ਜਨਰੇਸ਼ਨ। ਬੱਚੋ ਤੁਹਾਨੂੰ ਕਿੱਦਾਂ ਲੱਗੀ? ਬਹੁਤ ਅੱਛੀ,
ਕੀ ਮਤਲਬ ਤੁਹਾਨੂੰ ਇਹਦੇ ਵਿੱਚ ਕੀ ਖਾਸ ਦੇਖਣ ਨੂੰ ਮਿਲਿਆ? ਬਸ ਦੇਖਾ ਕਿ ਪੁਰਾਣੇ ਟਾਈਮ ਮੈਂ ਐਸਾ ਹੋਤਾ ਥਾ ਲੇਡੀਜ਼ ਕੇ ਸਾਥ, ਐਸਾ ਮਤਲਬ ਕਿ ਬੁਰਾ ਹੋਤਾ ਥਾ ਲੇਡੀਜ਼ ਕੇ ਸਾਥ, ਬਹੁਤ ਗਲਤ ਚੀਜ਼ ਥੀ ਹੈ ਔਰ ਅਭੀ ਨਹੀਂ ਹੋਣਾ ਚਾਹੀਏ ਐਸਾ। ਅੱਛਾ, ਕਿਆ ਆਪਕੋ ਲਗਤਾ ਜਬ ਆਪਕੀ ਸ਼ਾਦੀ ਹੋਗੀ ਕਿ ਆਪ ਆਪਣੀ ਵਾਈਫ ਕੋ ਐਸੇ ਰੱਖੋਗੇ? ਬਿਲਕੁਲ ਵੀ ਨਹੀਂ, ਬਿਲਕੁਲ ਨਹੀਂ। ਥੈਂਕ ਯੂ ਸੋ ਮਚ ਮੈਮ। ਬੂਹੇ ਬਾਰੀਆਂ ਕਿੱਦਾਂ ਲੱਗੀ? ਇਟਸ ਗੁੱਡ, ਇਟਸ ਵੈਰੀ ਨਾਈਸ। ਕੀ ਖਾਸ ਲੱਗਿਆ? It's really nice because, you know, it's showing the women empowerment and the way it's showing, it's really nice. I really love this one. ਮੈਮ ਤੁਹਾਨੂੰ ਕਿੱਦਾਂ ਲੱਗਾ? ਬਹੁਤ ਵਧੀਆ ਲੱਗਾ, ਵਧੀਆ ਲੱਗਾ। ਕੀ ਖਾਸ ਲੱਗਿਆ ਤੁਹਾਨੂੰ? ਖਾਸ ਤਾਂ ਉਹ ਹੀ ਲੱਗਾ ਜਿਹੜੀ ਬਤਾ ਰਹੀ ਹੈ, ਅੱਛਾ ਲੱਗਾ, ਬਹੁਤ ਅੱਛਾ। ਅੱਛਾ, ਕਦੇ ਤੁਹਾਡੇ ਵੀ ਆਲੇ ਦੁਆਲੇ ਇਹ ਚੀਜ਼ ਹੋਈ ਹੈ? ਨਹੀਂ ਨਹੀਂ, ਅਭੀ ਤੱਕ ਤਾਂ ਨਹੀਂ ਹੋਈ। ਮੈਮ ਤੁਹਾਨੂੂੰ ਹੋਰ ਵੀ ਸਟਾਰ ਕਾਸਟ ਨੇ ਕੰਮ ਕੀਤਾ ਇਸ ਮੂਵੀ ਦੇ ਵਿੱਚ, ਕਿਹਦਾ ਤੁਹਾਨੂੰ ਜ਼ਿਆਦਾ ਅੱਛਾ ਲੱਗਿਆ? ਆਈ ਲਾਈਕ ਬੀਬੀ ਜੀ ਐਂਡ ਆਈ ਆਲਸੋ ਲਾਈਕ ਨੀਰੂ ਬਾਜਵਾ, ਲਾਈਕ ਐਵਰੀਬਡੀ ਪਲੇਜ਼ ਵੈਰੀ ਗੁੱਡ। ਕਿਆ ਨੀਰੂ ਬਾਜਵਾ ਨੂੰ ਬੂਹੇ ਬਾਰੀਆਂ 2 ਲੈ ਕੇ ਆਉਣੀ ਚਾਹੀਦੀ ਹੈ? Definitely it will be, yeah. Thank you ma'am. ਕੀ ਆਇਓ? ਹਾਂਜੀ ਹਾਂਜੀ। ਕਿੱਦਾਂ ਲੱਗੀ? ਬਹੁਤ ਸੋਹਣੀ, ਮੈਨੂੰ ਤਾਂ ਬਹੁਤ ਸੋਹਣੀ ਲੱਗੀ ਆ। ਕੀ ਖਾਸ ਲੱਗਿਆ ਉਹਦੇ ਵਿੱਚ? ਕੀ ਲੇਡੀਜ਼ ਬਾਰੇ ਜੋ ਇਹਨਾਂ ਦੱਸਿਆ ਔਰ ਜਿਹੜੀ ਕਹਾਣੀ ਆ ਬਹੁਤ ਅਲੱਗ ਹੈ, ਇੱਦਾਂ ਦੀ ਮੂਵੀ ਪਹਿਲਾਂ ਕਦੇ ਨਹੀਂ ਦੇਖੀ ਹੈਗੀ। ਜਿਵੇਂ ਪੁਰਾਣੇ ਜ਼ਮਾਨੇ 'ਚ ਜਿਹੜੀਆਂ ਔਰਤਾਂ ਹੁੰਦੀਆਂ ਸੀ ਉਹਨਾਂ ਨੂੰ ਦੱਬ ਕੇ ਰੱਖਿਆ ਜਾਂਦਾ ਸੀ, ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ, ਕਿਆ ਤੁਹਾਨੂੰ ਲੱਗਦਾ ਕਿ ਅੱਜ ਦੇ ਜ਼ਮਾਨੇ 'ਚ ਇਹ ਸੀ? ਬਿਲਕੁਲ ਹੈਗਾ, ਹੈਗਾ, ਕੁਛ ਚੇਂਜ ਨਹੀਂ ਹੋਇਆ ਹੈਗਾ। ਕੁੱਟਮਾਰ ਜ਼ਿਆਦਾ ਕਰਦੇ ਸੀ, ਦਾਰੂ ਪੀ ਕੇ ਉਹ ਕਰਦੇ ਸੀ, ਤਾਂ ਕਰਕੇ ਲੇਡੀਜ਼ ਨੂੰ ਟੌਰਚਰ ਕਰਨ ਦਾ ਢੰਗ ਬਦਲ ਗਿਆ, ਉਹ ਉਦਾਂ ਹੀ ਰਿਹਾ ਬਹੁਤ ਘਰਾਂ 'ਚ, ਹੁਣ ਬਹੁਤ ਸਾਰੇ ਨਹੀਂ ਕਹਿ ਸਕਦੇ, ਬਹੁਤ ਘਰਾਂ 'ਚ। ਮੈਮ ਤੁਹਾਨੂੰ ਕਿੱਦਾਂ ਲੱਗੀ? ਬਹੁਤ ਵਧੀਆ ਲੱਗੀ। ਈਵਨ ਮੈਂ ਤਾਂ ਹੁਣ ਵੀ ਕਹਿੰਦੀ ਹਾਂ ਕਿ ਬਹੁਤ ਸਭ ਮਾਡਰਨਾਈਜ਼ ਹੋ ਗਿਆ, ਈਵਨ ਅਸੀਂ ਵੀ, ਬਟ ਕੁੜੀਆਂ ਨੂੰ ਹਜੇ ਵੀ ਬਹੁਤ ਅੰਦਰ ਘੁੱਟ ਕੇ ਰੱਖਿਆ ਜਾਂਦਾ, ਹਜੇ ਵੀ ਉਹਨਾਂ ਨੂੰ ਖੁੱਲ੍ਹ ਕੇ ਨਹੀਂ ਜੀਣ ਦਿੱਤਾ ਜਾਂਦਾ ਗਾ। ਦੋ ਕੇ ਅਲੱਗ ਥਿੰਕਿੰਗ ਹੋ ਗਈ ਹੈ ਸਭ ਦੀ ਕਿ ਅੱਜ ਕੱਲ੍ਹ ਸਭ ਲੋਕ ਬਹੁਤ ਐਡਵਾਂਸ ਹੋ ਗਏ, ਬਟ ਫਿਰ ਵੀ ਆਪਾਂ ਅਗਰ ਆਪਣੇ ਘਰ 'ਚ ਹੀ ਦੇਖੀਏ, ਜੇ ਇੱਕ ਮੁੰਡਾ ਹੈ ਇੱਕ ਕੁੜੀ ਹੈ ਚਾਹੇ ਭੈਣ ਭਰਾ ਹੈ, ਮੁੰਡੇ ਨੂੰ ਆਪਾਂ ਕਿਸੇ ਚੀਜ਼ ਲਈ ਰੋਕਾਂਗੇ ਨਹੀਂ, ਬਟ ਅੱਜ ਵੀ ਆਪਾਂ ਕੁੜੀ ਨੂੰ ਕਿਸੇ ਨਾ ਕਿਸੇ ਚੀਜ਼ ਲਈ ਜ਼ਰੂਰ ਰੋਕਦੇ ਹਾਂ, ਸਪੈਸ਼ਲੀ ਆਫਟਰ ਮੈਰਿਜ। ਪਹਿਲਾਂ ਵਿਆਹ ਤੋਂ ਪਹਿਲਾਂ ਕੁੜੀ ਇਹ ਸੁਣਦੀ ਹੈ ਕਿ ਵਿਆਹ ਤੋਂ ਬਾਅਦ ਤੁਸੀਂ ਸਭ ਕੁਝ ਕਰਿਓ, ਵਿਆਹ ਤੋਂ ਬਾਅਦ ਇੱਕ ਇਹ ਬੌਂਡੇਸ਼ਨ ਹੋ ਜਾਂਦੀ ਹੈ ਕਿ ਤੁਹਾਡੀ ਲੋਕੈਲਿਟੀ, ਰਿਲੇਟਿਵਸ, ਲੋਕ ਕੀ ਕਹਿਣਗੇ। ਹਜੇ ਵੀ ਇੱਕ ਸਿਰਫ ਦੁਨੀਆ ਮਾਡਰਨਾਈਜ਼ ਹੋਈ ਹੈ, ਬਟ ਜੋ ਉਹਨਾਂ ਦੀ ਇੰਟਰਨਲ ਥਿੰਕਿੰਗ ਹੈ ਉਹ ਬਹੁਤ ਬਦਲਣ ਵਾਲੀ ਹੈ, ਬਹੁਤ ਲੋੜ ਹੈ ਸਭ ਨੂੰ ਬਦਲਣ ਦੀ, ਬਿਕੋਜ਼ ਆਫਟਰ ਆਲ ਇੱਕ ਵਿਮਨ ਵੀ ਇੱਕ ਹਿਊਮਨ ਹੈ, ਉਹਦੇ ਵੀ ਸੇਮ ਇਮੋਸ਼ਨਸ ਹੈ, ਫੀਲਿੰਗਸ ਹੈ ਜੋ ਇੱਕ ਮੈਨ ਦੀ ਹੈ। ਵੈਸੇ ਜਿਵੇਂ ਨੀਰੂ ਬਾਜਵਾ ਨੇ ਇਹ ਫਿਲਮ ਬਣਾਈ ਆ, ਨੀਰੂ ਬਾਜਵਾ ਨੂੰ ਤੁਸੀਂ ਸਪੈਸ਼ਲ ਕੀ ਮੈਸੇਜ ਦੇਣਾ ਚਾਹੁੰਦੇ? ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਅੱਗੇ ਵੀ ਉਹ ਐਵੇਂ ਪ੍ਰਮੋਟ ਕਰਨ ਵੁਮੈਨਸ ਨੂੰ, ਬਿਕੋਜ਼ ਹੋ ਸਕਦਾ ਹੈ ਕਿ ਜੇ ਆਪਾਂ ਐਵੇਂ ਮੋਟੀਵੇਟਿਵ ਮੂਵੀਜ਼ ਬਣਾਈਏ ਤਾਂ ਜਿੰਨਾ ਲੋਕਾਂ ਦੀ ਸੋਚ ਹਜੇ ਵੀ ਇੰਨੀ ਡੀਪ ਹੈਗੀ, ਉਹ ਹੋ ਸਕੇ ਮੂਵੀਜ਼ ਨੂੰ ਦੇਖ ਕੇ ਹੋਰ ਆਪਣਾ ਲਿਵਿੰਗ ਸਟਾਈਲ ਆਪਣਾ ਬਦਲਣ, ਕੁੜੀਆਂ ਨੂੰ ਅੱਗੇ ਹੋਰ ਵਧਣ ਦੇਣ। ਸਮਾਜ ਨੂੰ ਕੀ ਮੈਸੇਜ ਦੇਣਾ? ਸਮਾਜ ਨੂੰ ਮੈਂ ਇਹੀ ਮੈਸੇਜ ਦਊਂਗੀ ਕਿ ਦੇਖੋ ਮੁੰਡਾ ਹੈ ਜਾਂ ਕੁੜੀ ਹੈ, ਸਭ ਦੀ ਇੱਕੋ ਹੀ ਫੀਲਿੰਗਸ ਹੈ, ਰੱਬ ਨੇ ਸਭ ਨੂੰ ਇੱਕੋ ਤਰ੍ਹਾਂ ਦਾ ਦਿਲ ਦਿਮਾਗ ਸਭ ਕੁਝ ਇੱਕੋ ਤਰ੍ਹਾਂ ਦਾ ਦਿੱਤਾ, ਤਾਂ ਫਿਰ ਆਪਾਂ ਕਿਉਂ ਡਿਫਰੈਂਸ ਰੱਖਦੇ ਹਾਂ ਇੱਕ ਕੁੜੀ ਮੁੰਡੇ 'ਚ? ਠੀਕ ਹੈ ਨਾ, ਸਭ ਨੂੰ ਇਕੁਅਲ ਰੱਖਣਾ ਚਾਹੀਦਾ, ਜਦੋਂ ਰੱਬ ਨੇ ਫਰਕ ਨਹੀਂ ਰੱਖਿਆ ਤਾਂ ਲੋਕੀ ਕਿਉਂ, ਸਮਾਜ ਕਿਉਂ ਫਰਕ ਰੱਖਦਾ? ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ? ਉਹਨਾਂ ਨੂੰ ਮੂਵੀ ਦੇਖਣੀ ਚਾਹੀਦੀ ਹੈ? ਬਿਲਕੁਲ ਜ਼ਰੂਰ ਦੇਖਣੀ ਚਾਹੀਦੀ ਹੈ, ਸਭ ਕਹਿ ਰਹੇ ਹੈ ਕਿ ਨਹੀਂ ਬਟ ਹਾਂ ਇੱਕ ਡਿਫਰੈਂਟ ਕਨਸੈਪਟ ਹੈ, ਤੁਸੀਂ ਡਿਫਰੈਂਟ ਕਨਸੈਪਟ 'ਤੇ ਨਾ ਜਾਓ, ਇੱਕ ਮੈਸੇਜ 'ਤੇ ਜਾਓ ਕਿ ਕਿੰਨਾ ਚੰਗਾ ਮੈਸੇਜ ਦਿੱਤਾ, ਆਪਣੇ ਆਪ ਨੂੰ ਵੀ ਬਦਲੋ, ਇਹ ਨਹੀਂ ਹੈ ਕਿ ਅੱਜ ਆਪਾਂ ਸਹੀ ਹੈ, ਆਪਾਂ ਵੀ ਬਹੁਤ ਜਗ੍ਹਾ ਡਿਫਰੈਂਸ਼ੀਏਟ ਕਰਦੇ ਹਾਂ ਇੱਕ ਕੁੜੀ ਅਤੇ ਮੁੰਡੇ ਵਿੱਚ, ਬਟ ਆਈ ਥਿੰਕ ਇਹ ਮੂਵੀ ਦੇਖਣੀ ਚਾਹੀਦੀ ਹੈ ਐਂਡ ਸਿੱਖ ਲੈਣੀ ਚਾਹੀਦੀ ਹੈ ਇਸ ਮੂਵੀ ਤੋਂ। ਮੈਮ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਹੀਂ ਮੈਂ ਤਾਂ ਇਹੀ ਕਹਿ ਰਹੀ ਹਾਂ, ਹੁਣ ਮੈਂ ਖੁਦ ਵੀ ਮਦਰ ਹਾਂ, ਮੇਰੇ ਬੇਟਾ ਵੀ ਹੈ ਬੇਟੀ ਵੀ ਹੈ, ਔਰ ਮੈਂ ਕਦੇ ਉਹਨਾਂ 'ਚ ਫਰਕ ਨਹੀਂ ਰੱਖਿਆ ਹੈਗਾ, ਈਵਨ ਕਿ ਬੇਟੀ ਨੂੰ ਹਮੇਸ਼ਾ ਹੀ ਹੁੰਦਾ ਹੀ ਹੈ ਕਿ ਜ਼ਿਆਦਾ ਪਿਆਰ ਹੁੰਦਾ ਬੇਟੀ ਨਾਲ, ਅਤੇ ਮੈਂ ਸਾਰਿਆਂ ਨੂੰ ਇਹ ਕਹਿੰਦੀ ਹਾਂ ਕਿ ਅੱਜ ਦੇ ਜ਼ਮਾਨੇ 'ਚ ਜੋ ਵੀ ਹੋ ਰਿਹਾ ਉਹਨੂੰ ਨਹੀਂ ਕਰਨਾ ਚਾਹੀਦਾ, ਕਿਉਂਕਿ ਹੁਣ ਤਾਂ ਅਵੇਅਰ ਹੋਣਾ ਹੀ ਚਾਹੀਦਾ ਸਾਰਿਆਂ ਨੂੰ। ਇਮੋਸ਼ਨਸ ਕਿੰਨੇ ਕੁ ਨੇ ਫਿਲਮ? ਬਹੁਤ ਵਿੱਚ ਆ ਕੇ ਤਾਂ ਬਹੁਤ, ਜਦੋਂ ਉਹਨਾਂ ਦੀ ਡੈਥ ਹੁੰਦੀ ਹੈ ਉਦੋਂ ਬਹੁਤ ਜ਼ਿਆਦਾ ਮਤਲਬ ਰੋਣਾ ਆ ਰਿਹਾ ਸੀਗਾ ਇੱਕ ਵਾਰ ਤਾਂ। ਅੱਛਾ, ਹੋਰ ਵੀ ਸਟਾਰਕਾਸਟ ਨੇ ਕੰਮ ਕੀਤਾ, ਕਿਹਦਾ ਤੁਹਾਨੂੰ ਜ਼ਿਆਦਾ ਅੱਛਾ ਲੱਗਿਆ? ਨਹੀਂ ਮੈਂ ਕਿਸੇ ਦਾ ਮਤਲਬ ਸਭ ਦਾ ਇਕੁਅਲ ਆ, ਬਹੁਤ ਅੱਛਾ, ਸਾਰਿਆਂ ਦੀ ਆਪਣੀ ਆਪਣੀ ਜਗ੍ਹਾ ਨਾ, ਬਹੁਤ ਅੱਛਾ ਕੰਮ ਆ, ਜਿਵੇਂ ਹਰ ਇੱਕ ਕਰੈਕਟਰ ਨੂੰ ਦੇਖ ਕੇ ਮਜ਼ਾ ਆ ਰਿਹਾ ਸੀਗਾ, ਉਹਨਾਂ ਦੇ ਮਤਲਬ ਜੋ ਉਹਨਾਂ ਨੇ ਦਿਖਾਇਆ ਉਹਨਾਂ ਦੇ ਫੇਸ ਐਕਸਪ੍ਰੈਸ਼ਨਸ ਬਹੁਤ ਅੱਛੇ ਲੱਗ ਰਹੇ ਸੀਗੇ ਸਾਰਿਆਂ ਦੇ। ਤੁਹਾਨੂੰ ਕਿੱਦਾਂ ਲੱਗਿਆ ਸਟਾਰਕਾਸਟ? ਬਹੁਤ ਵਧੀਆ ਲੱਗਿਆ, ਆਪਾਂ ਇਹ ਨਹੀਂ ਕਹਿ ਸਕਦੇ ਕਿ ਪਰਟੀਕੁਲਰਲੀ ਇੱਕ ਲੇਡੀ ਨੇ ਵਧੀਆ ਕੀਤਾ, ਸਭ ਨੇ ਇਕੁਅਲੀ ਆਪਣਾ ਐਫਰਟ ਸ਼ੋਅ ਕੀਤਾ ਐਂਡ ਵੀ ਕਾਂਟ ਪ੍ਰੈਡਿਕਟ ਕਿ ਇਹ ਇੱਕ
आर्टिफिशियल है ना, उन्होंने एक नैचुरल इनपुट पाया उनके च, तां एवरीवन वाज फैबुलस। साढ़े दर्शकों नूं ते समाज नूं इहो जिहा की मैसेज देना चाहते हो जिहदे नाल मतलब उन्होंने कुछ सीख मिल सके? मैं तो यही मैसेज देना चाहूँगी, देखो बहुत कुछ बदल गया, तो अपना जो अंदर की सोच है वो बदलो, है ना। आप अपन लुक्स बदल लिया, असी तो चलो अजकल दे जमाने दे ईवन जो साडे पेरेंट्स ला लो या पिछली जनरेशन, उन्होंने अपने आप नू बाहरों बदल लिया बट अंदरों हजे भी कितने ना कितने उन्होंने थिंकिंग पुरानी है। असी ये नहीं कहते कि पुरानी थिंकिंग बिल्कुल ही भुल जाओ, अपना अटायर रखो सब कुछ, बट अजकल दे हिसाब नाल तुसी इंसान नू इंसानियत दे नाल तोलो। ये नहीं कि कोई मुंडा है कोई कुड़ी है, वड्डा छोटा अमीर गरीब, सब नू एक इंसानियत दे नाते इक्वली रखो। थैंक यू मैम, थैंक यू सो मच। सो दोस्तों ये सी लोगों के रिव्यूज़, लोगों को बहुत ही पसंद आई है बूहे बारियाँ, और कई बूहे बारियाँ देख के बारियाँ खुल भी गई हैं। हुण तुसी अगर बूहे बारियाँ खोलनी है अपनिया तो जरूर थिएटर में जाओ और बूहे बारियाँ देखो ताकि भी बारियाँ खुल जाए।